ਬਣ ਗਈ ਲਾਦਾ ਠੰਡ ਲੱਗਣ ਡਈ ਆ ਆਈ ਸਿਰਸੇ ਤੈਨੂੰ ਬਣਵਾਏ ਮੈਨੂੰ ਬੱਦਰ ਸਾਹਿਬ ਜਾਣਾ ਆ ਵਾਹ ਗੁਰੂ ਇਹਨੂੰ ਤਾਂ ਜ਼ਿਆਦਾ ਜ਼ੁਕਾਮ ਹੋਇਆ ਆ ਛੁੱਟੀ ਕਰਾ ਦੇ ਯਾਰ ਛੁੱਟੀ ਕਰਾ ਦੇ ਵਿਚਾਰੀ ਨੂੰ ਛੁੱਟੀ ਕਰਾ ਦੋ ਰਹਿਣ ਦੋ ਅੱਜ ਕੀ ਹੈ ਦੱਸੋ ਕੀ ਕਰੇਗਾ ਡਰਾਉਂਗਾ ਇਹਦੇ ਰਾਹ ਜੀ ਗੇਟ ਖੜਕੂਗਾ ਫਿਰ ਡਰਾਈ ਡਰ ਕੇ ਆਈ ਉਹ ਵੀ ਤਿਆਰ ਹੋਇਆ ਨਾਲ ਸਕੂਲ ਜਾਣ ਇਹਨੂੰ ਵੀ ਲੈ ਜਾਓ ਨਾਲ ਸਕੂਲ ਉਹ ਵੀ ਤਿਆਰ ਹੋਇਆ ਜਾਣ ਨੂੰ ਬਹਿ ਜਾਂਦਾ ਅੱਗੇ ਮਾਨ ਪਾਪਾ ਸਕੂਲੇ ਚ ਲਈ ਦੀਦੀ ਲੈ ਕੇ ਜਾ ਚਲ ਜਾਓ ਜਲ ਤਰੋਂ ਕਿਹਾ ਗਿਆ ਅੱਛਾ ਮੈਂ ਛਿੱਟਾਂ ਪਈਆਂ ਹਰੇ ਓ ਯਾਰ ਜਗਵਿੰਦਰ ਨੇ ਖੱਟੇ ਰੰਗ ਦੀ ਪੱਗ ਬੱਧੀ ਛੁੱਟੀ ਇਹਨੂੰ ਵੀ ਚੱਲਿਆ ਐਨ ਕਵੇ ਕਿੱਡੀ ਲਾਈ ਅਕਸ਼ੇ ਕੁਮਾਰ ਹੁੰਦੀ ਮੁੜ ਕੇ ਸਕੂਲ ਖਾਣ ਨੀ ਜਾਂਦੀ ਓਏ ਅਕਸ਼ੇ ਕੁਮਾਰ ਇਹ ਕੀ ਆ ਚੀਜੀ ਲੱਭ ਗਈ ਆ ਬਣ ਗਈ ਗੱਲ ਫੜਨਾ ਮੈਡਮ ਜੀ ਇਹਦੀ ਵੇਖ ਲੋ ਇਹ ਕੱਲ ਚ ਪਾਉਣ ਡਈ ਜੇ ਬੈਗ ਦੇ ਵਿੱਚ ਤੇ ਇਹਨੂੰ ਫੜ ਲਿਆ ਉਹ ਵਿਹਾ ਸੰਜਿਆ ਡਰਦਾ ਹੀ ਹੁਣ ਵੱਜ ਨਾ ਜਾਵੇ ਇਹਨਾਂ ਨੂੰ ਵੀ ਲਾਇਆ ਸਕੂਲੇ ਜਾਨ ਨੂੰ ਦੇਣਾ ਭੱਜ ਕੇ ਬਹਿ ਨਾ ਗੁਰਬਣ ਬਹਿ ਜਾ ਓਏ ਦੀਦੀ ਦੇ ਨਾਲ ਹੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵੇਰ ਹੋ ਚੁੱਕੀ ਹੈ ਤੇ ਅਸੀਂ ਚੱਲੇ ਹਾਂ ਡਿਊਟੀ ਤੇ ਇਹਨੂੰ ਹੂਟਾ ਦਵਾ ਕੇ ਤੇ ਫਿਰ ਚੱਲਦੇ ਨਹਾਉਣ ਚੱਲੀਏ ਕਾਹਤੇ ਜਾਣਾ ਕਾਹਤੇ ਜਾਣਾ ਬਹਿ ਕੇ ਕਾਹਤੇ ਜਾਣਾ ਇਹ ਦੱਸ ਮੋਟਰਸਾਈਕਲ ਤੇ ਬਹਿਣਾ ਹੈ ਸਾਰੀਆਂ ਜਾਚਾਂ ਆ ਗਈਆਂ ਹੁਣ ਗੁਰਬਰ ਨੂੰ ਯਾਦ ਕਰਨ ਡਿਆ ਸੀ ਹਾਂਜੀ ਹੁਣ ਬੈਗ ਚੋਂ ਕੱਢ ਕੱਢ ਕੇ ਸਮਾਨ ਤੇ ਕਾਲ ਕਰ ਲੈ ਕੇ ਜਾਵਾਂਗੇ ਕਿ ਇਹਨਾਂ ਦੇ ਘੱਟਾ ਪੈਣਾ ਆ ਤੇ ਇਹ ਅਜੇ ਪੈਕਿੰਗ ਖੁੱਲ੍ਹ ਗਿਆ ਨਹੀਂ ਅਸੀਂ ਤੇ ਉਹਨਾਂ ਘਰ ਰੱਖੀ ਜਾਂਦੇ ਹਾਂ ਤੇ ਜਦੋਂ ਸਾਡੇ ਇੱਧਰ ਹੋ ਜਾਣਗੇ ਫਿਰ ਆਪਾਂ ਚੁੱਕ ਲਿਆਵਾਂਗੇ ਸਮਾਨ ਸਾਰਾ
ਸਾਰਾ ਖਾ ਚੁੱਕੇ। ਹਾਂਜੀ ਹੁਣ ਸਾਡੇ ਮਿਸਤਰੀ ਆ ਗਏ ਤਾਂ ਆਪਾਂ ਪਾਰਸਲ ਜਿਹੜੇ ਲਾਉਣੇ ਸੀ ਜ਼ਰੂਰੀ ਲਾਏ ਅਤੇ ਹੁਣ ਡੈਡੀ ਜੀ ਨੂੰ ਸਮਾਨ ਜਿਹੜਾ ਉਹ ਲਿਆਉਂਦੇ ਅਤੇ ਮੰਮੀ ਚੱਲੇ ਆ ਗੁਰਦੁਆਰੇ ਨੂੰ। ਮੈਂ ਸੋਚਿਆ ਕਿ ਤੁਸੀਂ ਉੱਥੇ ਲੈ ਜਾਓ ਜੇ ਦੇਖ ਲਾ ਅਤੇ ਕੱਲ੍ਹ ਇਹਨਾਂ ਮਾਸੀ ਹੋਣਾ ਪਤਾ ਚੱਲਦਾ ਇੱਦਾਂ ਰਲ ਮਿਲ ਕੇ ਟਾਈਮ ਪਾਸ ਕਰ ਲਾਂਗੇ ਜੀ। ਅਤੇ ਜਿਹੜਾ ਘੱਟਾ ਬੁੱਟਾ ਹੈ ਨਾ ਬੱਚਿਆਂ, ਮੈਂ ਕਿਤੇ ਥੋੜ੍ਹਾ ਜਿਹਾ ਨਾ ਇਨਫੈਕਸ਼ਨ ਵਗੈਰਾ ਬਿਮਾਰ ਬਿਮੂਰ ਨਾ ਹੋ ਜੇ ਅਤੇ ਇਸ ਕਰਕੇ ਮੰਮੀ ਮੈਂ ਤੁਸੀਂ ਸ਼ਾਮਾਂ ਤੱਕ ਉੱਥੇ ਰਹੋ, ਫਿਰ ਵੀ ਸਾਫ਼ ਸੂਫ ਹੋ ਜਾਊਗਾ, ਘੱਟਾ ਘੁੱਟਾ ਬਹਿ ਜਾਊਗਾ, ਫਿਰ ਤੁਸੀਂ ਆਏ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਕਰ ਰਿਹਾ। ਅਤੇ ਹੁਣ ਇਹਨਾਂ ਦਾ ਸਮਾਨ ਸਾਰਾ ਪੈਕ ਕਰਤਾ, ਗੁਰਨਵਾਜ ਜਾਊਗਾ ਆਪਣੀ ਆਨੰਦ ਨਾਲ ਭੈਣ ਕੋਲ ਅਤੇ ਫਿਰ ਮੈਂ ਇਕੱਲੀ ਕਾਬੂ ਆਈ, ਬਾਕੀ ਸਾਰੇ ਖਿਲਰ ਗਏ ਜਿੰਨੇ ਚੱਲ ਗਿਆ ਡਿਊਟੀ ਅਤੇ ਡੈਡੀ ਵਿਚਾਰੇ ਆਪਣੇ ਹੁਣ ਸਮਾਨ ਸਮੂਹ ਲਿਆਤਾ ਹੁਣ ਚੱਲ ਗਏ ਉੱਥੇ ਅਤੇ ਫਿਰ ਮੈਂ ਸਾਰਾ ਧਿਆਨ ਧਿਆਨ ਰੱਖੂੰਗੀ ਆਪਣਾ ਮਤਲਬ ਕਿੱਦਾਂ ਟਾਇਲ ਲਗਾਉਣੀ ਕਿੱਦਾਂ, ਫਿਰ ਇੱਕ ਮੈਂਬਰ ਹੋਣਾ ਜ਼ਰੂਰੀ ਆ। ਹਾਂਜੀ ਹੁਣ ਆਪਣੇ ਮਿਸਤਰੀ ਕੰਮ ਕੁੰਮ ਕਰਦੇ, ਆਪਾਂ ਡੈਡੀ ਭਲੇਖਣਾ ਦੁੱਧ ਵੱਧ ਲਾਏ, ਮੈਂ ਵੀ ਲਾਏ ਅਤੇ ਮੈਂ ਸੋਚਿਆ ਨਹੀਂ ਇੱਕ ਤਾਂ ਪਨੀਰ ਬਣਾਉਂਗੀ, ਇਹ ਦੁੱਧ ਜਿਹੜੇ ਹੁੰਦੇ ਆ ਉੱਥੇ ਦੁਕਾਨਾਂ ਤੋਂ ਹੁੰਦੇ ਸਾਂਭੀ ਸੁੰਭਣੀ ਨਹੀਂ ਹੁੰਦੇ ਵਧੀਆ, ਫਿਰ ਖਰਾਬ ਸ਼ਾਮਾਂ ਤੱਕ ਨੂੰ ਵੈਸੇ ਖਰਾਬ ਹੋ ਜਾਣਾ। ਹੁਣ ਪਤਾ ਨਹੀਂ ਡੇਰੀ ਤੋਂ ਲਿਆਉਂਦਾ ਪਨੀਰ ਵੀ ਚੰਗੀ ਤਰ੍ਹਾਂ ਬਣਦਾ ਕਿ ਨਹੀਂ ਬਣਦਾ। ਗੁਰਨਵਾਜ ਸੌਂ ਗਿਆ ਅਤੇ ਮੰਮੀ ਹੁਣ ਤਿਆਰ ਹੋਏ ਸੀ, ਇਹਨਾਂ ਕਿਹਾ ਚੀਜ਼ ਦੇਖਣਾ ਚੱਲ ਜਾਓ, ਅਤੇ ਮੰਮੀ ਨੂੰ ਮੈਂ ਆ ਕੇ ਸੂਟ ਨਹੀਂ ਲੈ ਕੇ ਦਿੱਤਾ ਸੀ ਰੱਖੜੀ ਦੇ, ਕਿਉਂ ਨਹੀਂ ਲੈ ਕੇ ਦਿੱਤਾ, ਸਾਡੀ ਲੜਾਈ ਚੱਲਣ ਦੀ ਇਹ ਲੜਾਈ ਕਿ ਮੰਮੀ ਪਾਉਂਦੇ ਨਹੀਂ ਸੂਟ, ਚੁੰਨੀ ਹੋਰ ਸੂਟ ਹੋਰ ਕੁਦਰੇ ਪਾ ਕੇ ਜਾਂਦੇ। ਮੈਂ ਵੀ ਜਦੋਂ ਇਹ ਤੁਸੀਂ ਬੰਦ ਕਰ ਦੋਗੇ ਨਾ ਫਿਰ ਸੂਟ ਲੈ ਕੇ ਦੇ, ਹੁਣ ਅੱਜ ਤੋਂ ਬੰਦ ਹੋ ਗਿਆ ਅਤੇ ਹੁਣ ਅਸੀਂ ਲੈ ਕੇ ਦੇਵਾਂਗੇ ਮੰਮੀ ਨੂੰ ਸੂਟ ਵਧੀਆ ਜਿਹਾ, ਅਤੇ ਆਵੇ ਆਹ ਰੰਗ ਵੀ ਪਾਇਆ ਵੀ ਸੋਹਣਾ ਲੱਗਣ ਦਿਆ ਅਤੇ ਉੱਦਾਂ ਵੀ ਮਤਲਬ ਸੋਹਣੇ ਲੱਗਦੇ ਸੂਟ, ਨਾਲ ਹੀ ਚੁੰਨੀ ਲਈ ਹੋਵੇ, ਕੀ ਪਤਾ ਇੰਨੇ ਸਵਾਂ ਸਵਾਂ ਕਿੱਥੇ ਰੱਖੀ ਜਾਂਦੇ ਕੁੜੀਆਂ। ਮੰਮੀ ਦੇ ਗੁੱਸੇ ਜਦੋਂ ਆਉਂਦੇ ਨਾ ਦੀਪ ਦੀਦੀ ਜਾਂ ਸੁੱਖ ਦੀਦੀ, ਮੈਂ ਉਹਨਾਂ ਨੂੰ ਇਹੋ ਕਹਿੰਦੀ ਵੀ ਮੰਮੀ ਨੂੰ ਸਮਝਾ ਕੇ ਜਾਓ, ਅਤੇ ਡੈਡੀ ਮੈਨੂੰ ਕਹਿੰਦੇ ਆਪਣੀ ਮੰਮੀ ਨੂੰ ਸਮਝਾਇਆ ਕਰੋ ਵੀ ਸੁਣਨ ਨਾਲ ਜਿਵੇਂ ਭਾਵੇਂ ਮੰਮੀ ਕੀ ਕਹਿੰਦੇ ਰਹਿੰਦੇ, ਅਤੇ ਹੁਣ ਇਹ ਚੱਲੇ ਜੇ ਦੇਖ ਲਾਂ ਅਤੇ ਆਪਾਂ ਚੱਕਾ ਦੇ ਨਹੀਂ ਮੁੰਡੇ ਦਾ ਡਰ ਹੈ ਤਾਂ ਨੌਂ ਦਾ ਨਹੀਂ ਡਰ ਹੈਗਾ ਵੇਲਾ, ਵੀ ਮੈਂ ਜਦੋਂ ਆਉਂਦੀ ਤਾਂ ਉਦੋਂ ਕਹਿ ਦਿੰਦੇ ਕੋਈ ਗੱਲ ਨਹੀਂ, ਅਤੇ ਡੈਡੀ ਦਾ ਵੀ ਡਰ ਹੈਗਾ। ਮਿਸਤਰੀਆਂ ਪਲੇਟਾਂ ਲਾਉਣੀ ਸ਼ੁਰੂ ਕਰਤੀਆਂ, ਫਰਾਏ ਤੁਹਾਨੂੰ ਪਿੱਛੇ ਆਉਂਦੇ ਆ ਨਾ ਹੁਣ ਚੌਲ, ਅਤੇ ਉਹ ਇਹਨਾਂ ਨੂੰ ਨਾਲ ਤਾਂ ਵਰਤ ਪਾਉਂਦੇ, ਵੈਸੇ ਤਾਂ ਇਕੱਲੀ ਚਾਹ ਹੀ ਪੀਂਦੇ, ਚਾਹ ਬਹੁਤ ਘੱਟ ਮੰਗਦੇ ਸ਼ਹਿਰ ਦੇ ਹੁੰਦੇ ਘੱਟ ਹੀ ਹੁੰਦੇ, ਅਤੇ ਚੌਲ ਦੇ ਨਾਲ ਚਾਹ ਬਣਾਉਣ, ਰਸੋਈ 'ਚ ਬਾਹਰ ਵਾਢੀ ਸਾਰੀ ਸਬਜ਼ੀ ਵੀ ਨਹੀਂ ਬਣਾ ਦੀ, ਹੁਣ ਬਸ ਅੰਦਰ 'ਚ ਹੀ ਸਾਨੂੰ ਰਹਿਣਾ ਪੈਣਾ, ਉੱਤੇ ਨਹੀਂ ਕਦੇ ਇੰਨਾ ਜ਼ਿਆਦਾ ਵੇਟ ਨਹੀਂ ਲੈ ਕੇ ਖਾਣੇ ਚੌਲ। ਭੁੱਖ ਲੱਗੀ ਨਾ, ਸਾਡੇ ਮੰਮਾ ਕਹਿੰਦੇ ਸੀ ਕਿ ਉਹ ਪਾਗਲ ਦੇ ਭੁੱਖ ਲੱਗੀ ਰਹਿੰਦੀ ਚੰਗਾ ਹੋਣਿਆ ਨਹੀਂ ਲੈ ਲੱਗਦੀ ਪਈ ਹੈ ਜੇ ਪ੍ਰੋਪਰ ਲੱਗ ਜੂਗੀ ਫਿਰ ਮੈਂ ਤੁਹਾਨੂੰ ਦਿਖਾਉਂਗੀ ਸ਼ਾਮਾਂ ਨੂੰ, ਹਜੇ ਲੱਗਣ ਦੀ ਬਹੁਤ ਖਲਾਰਾ ਪਿਆ ਹੈ। ਯਾਰ ਇੰਨਾ ਸੋਹਣਾ ਮੌਸਮ ਹੋਇਆ ਨਾ ਕੋਠੇ ਤੇ, ਐ ਪੂਰਾ ਠੰਡ ਵਾਲਾ ਮੌਸਮ ਹੋਇਆ, ਕਿਤੇ ਮੀਂਹ ਵੀ ਲਾ ਕੇ ਬੰਦੇ ਪਿਆ, ਸਾਡੇ ਮਿਸਤਰੀ ਅੱਜ ਗੁਰਨਵਾਜ ਗਿਆ ਸੀ ਨਾ, ਸਾਰਾ ਮਾਸਾ ਜੀਣ ਲੱਗਾ, ਅੱਜ ਬੁਟੀਕ ਦਾ ਕੰਮ ਨਹੀਂ ਹੈਗਾ, ਵਿਹਲੇ ਰਹੇ ਸਾਰੇ, ਫਿਲਮਾਂ ਫੁਲਮਾਂ ਵੇਖਦੇ ਰਹੇ, ਮਿਸਤਰੀ ਆ ਕੇ ਕਿਉਂਕਿ ਬਾਹਰ ਤਾਂ ਵੀ ਨਹੀਂ ਜਾਣਾ ਉਹਨਾਂ, ਲੱਗੇ ਰਹਿਣਾ ਪੈਣਾ ਅਤੇ ਉਹ ਆਪਣਾ ਕੰਮ ਨਿਬੇੜਦੇ ਆ, ਬੜਾ ਸੋਹਣਾ ਘਰ ਲੱਗਦਾ ਜਿਵੇਂ 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 ਥੋੜ੍ਹਾ ਚੇਂਜ ਹੋਈਗਾ, ਬੜਾ ਸੋਹਣਾ ਲੱਗੂਗਾ। ਅਤੇ ਜਲੰਧਰ 'ਚ ਇਹਨੇ ਬੜੀ ਕੋਸ਼ਿਸ਼ ਕੀਤੀ ਨਾ ਛੁੱਟੀ ਮਿਲਦੀ, ਕੰਮ ਕੁੰਮ ਕਿੰਨੇ ਆ, ਪਰ ਇੱਕ ਵਾਰ ਮੈਨੂੰ ਚਾਹ ਬੜਾ ਚੜ੍ਹਨੇ ਮੀਂਹ ਦਾ, ਪਰ ਮੀਂਹ ਨਾ ਸਾਡੇ ਪਾਣੀ ਥੱਲੇ ਜਾ ਸਕਦਾ, ਨਹੀਂ ਬਸ ਸੱਚ ਹੁਣ ਤਾਂ ਲੈਂਟਰ ਪੈ ਕੇ ਨਹੀਂ ਜਾਣਾ ਸੱਚ, ਤੇਰੇ ਕੋਲ ਸਕੂਟਰੀ ਨੀ ਤੂੰ ਇਦਾਂ ਕਰਕੇ ਮੈਨੂੰ ਲੰਘ ਗਈ।
ਇੰਨੇ ਹੌਲੀ ਚ ਲੰਘ ਜਾਣਾ ਇਹਦਾ ਜੀ। ਪਿਛਲੀਆਂ ਟਾਈਲਾਂ ਦੇ ਪੈਸੇ ਮੈਂ ਦੇ ਕਹੀ ਤੇ ਮੈਨੂੰ ਜਿੱਦਾਂ ਇੰਨਾ ਗੁੱਸੇ ਹੋਏ ਕਿ ਤੂੰ ਪਹਿਲਾਂ ਮਤਲਬ ਵੀ ਕਰਵਾ ਪੈਸੇ ਦੇਤੇ ਤਾਂ ਨਹੀਂ ਆਏ। ਅੱਜ ਅਸੀਂ ਕੱਲ੍ਹ ਦਾ ਔਡਰ ਦੇ ਗਏ ਹਾਂ ਅਤੇ ਪੈਸੇ ਤਾਂ ਘਰ ਆ ਕੇ ਦੇਣੇ ਸੀ ਅਤੇ ਪਰ ਮਤਲਬ ਕਿ ਅਜੇ ਤੱਕ ਕੋਈ ਨਹੀਂ ਆਇਆ। ਅਸੀਂ ਸਵੇਰ ਦਾ ਕੈਮੀਕਲ ਜਿਹੜਾ ਡੈਡੀ ਵਿਚਾਰੀ ਲੈ ਕੇ ਫਿਰ ਹੁਣ ਆਪ ਲੈਣਗੇ ਅਤੇ ਮੰਗਾ ਲਿਆ ਅਤੇ ਪਰ ਇਹ ਕਿ ਸਾਡੇ ਜਾਣ ਦਾ ਥੋੜ੍ਹੀ ਬਹੁਤੀ ਟੈਲ ਜਿਹੀ ਅੰਦਰ ਲੱਗ ਗਏ ਬਹੁਤ ਪਿਆਰ ਦਿਖਾ ਦਿੰਦੇ ਸਾਡੇ ਕਈ ਅਤੇ ਬਾਕੀ ਅਜੇ ਤਾਂ ਬਹੁਤ ਅੰਦਰ ਜਾਣ ਜੀ ਹੈ ਨਾ। ਇਸ ਆਨੰਦ ਦੇ ਨਾ ਆਖੀ ਘੜੀ ਦੇ ਵਿੱਚ ਸਿਰਫ ਮੈਂ ਹੀ ਖੋਤੀ ਬਾਕੀ ਸਭ ਭੱਜ ਭੁੱਜ ਗਏ ਅਤੇ ਹੁਣ ਸਾਡੇ ਆ ਸ਼ਾਮ ਤੱਕ ਆਪਣੇ ਸਾਰਾ ਖਤਮ ਹੋ ਜਾਣਾ ਕੱਲ੍ਹ ਮੰਮੀ ਵਾਲਾ ਰੂਮ ਹੋਊਗਾ ਪਰਸੋਂ ਟਾਈਮ ਅਤੇ ਵਿਚਾਰੇ ਕੰਮ ਨਹੀਂ ਜਾਣਾ ਜੇ ਗੱਲ ਇਹਨਾਂ ਦੀ ਵਧੀਆ ਹੁੰਦੀ ਕਿ ਨਾ ਵਿਚਾਰੇ ਮੈਂ ਆਪ ਤਿੰਨ ਚਾਰ ਪੁੱਛ ਕੇ ਗਿਆ ਚਾਹ ਪੀਣ ਚਾਹ ਪੀਣ ਫਿਰ ਚਾਹ ਪੀ ਜਾਊਗੀ ਮੈਂ ਚਾਹ ਦੀ ਬਹੁਤ ਸ਼ੁਕਰੀਆ ਫਿਰ ਤਿੰਨ ਵਾਰ ਚਾਹ ਬਣਾ ਅਤੇ ਚੌਲ ਬਣਾ ਵੀ ਮੈਨੂੰ ਮੰਗੇ ਨਹੀਂ ਚਾਹ ਬਣਾ ਦਿੱਤੇ ਵੀ ਕੁਛ ਨਹੀਂ ਕੀਤਾ ਤਾਂ ਜੇ ਵਿਚਾਰੇ ਆਪਣਾ ਨਹੀਂ ਕੁਝ ਅੱਗੇ ਸਾਡਾ ਕੰਮ ਵੀ ਨਹੀਂ ਤਾਂ ਸੀਗੇ ਨਾ ਆਰਾਮ ਨਾਲ ਆਪਾਂ ਕੰਮ ਕਰਦੇ ਰਹਿੰਦੇ ਨੇ ਜਦੋਂ ਔਖਾ ਹੋ ਜਾਂਦਾ ਇਕੱਲੇ ਜਾਣੇ ਮੇਰੇ ਕਿੱਦਾਂ ਮੈਂ ਤਾਂ ਮੋਲੀ ਕਰ ਬਾਕੀ ਸਾਰੇ ਆਪ ਆਪਣੇ ਕੰਮਾਂ ਕਾਰਾਂ 'ਤੇ ਗਏ ਅਤੇ ਹੁਣ ਅਸੀਂ ਸ਼ਾਮਾਂ ਨੂੰ ਉਹਦੀ ਗੁਰਨਾਜ ਵੇਟ ਕਰਨੀ ਮੰਗਵਾਇਆ ਇਹਨੂੰ ਮੈਂ ਹੁਣ ਘੜੀ ਪਾ ਲੈਂਦੇ ਨੇ ਖੇਡਾਂਗੇ ਹੁਣ ਜਿਦਾਂ ਜਗਿੰਦਰ ਰਵਿੰਦਰ ਵੀ ਮਿਲ ਲੈਂਦਾ ਉਦਾਂ ਮਿਲ ਲੈਂਦਾ ਚੱਲ ਹਾਂ ਕਰ ਲੈ ਫੇਰ ਦੇ ਵਿੱਚ ਹਾਂ ਕਰ ਲੋ ਇਹਨਾਂ ਦਾ ਪਿਆਰ ਹੈ ਸਗੋਂ ਉਹਨਾਂ ਦਾ ਪਿਓਾਂ ਦਾ ਪਿਆਰ ਹੈਗਾ ਗੁਰਪੰਜਣਾ ਨੀ ਕਿਹਾ ਬਾਰਿਸ਼ ਕਿੱਥੇ ਹੁੰਦੀ ਉੱਥੇ ਕੀ ਕਰਨੇ ਆ ਨਾ ਸੋਹਣੇ ਨਹੀਂ ਮੈਂ ਆਪਣੀ ਸੱਸ ਨੂੰ ਕਿਹਾ ਕਿ ਨਵਾਂ ਸੂਟ ਪਵਾ ਤੂੰ ਨਿੰਦ ਆਣ ਕੇ ਉਸ ਕੋਲੇ ਪਾਇਆ ਕਰੇ ਨਹੀਂ ਤੇ ਗਾਂ ਗਾਂ ਮੰਮੀ ਵਿਚਾਰੀ ਨੇ ਗੂੜੇ ਰੰਗ ਪਾਇਆ ਕਰਨ ਪਰ ਮੈਂ ਕਿਹਾ ਵੀ ਇਦਾਂ ਪਾ ਕੇ ਕਹਿੰਦਾ ਸੂਟ ਨੀ ਮਿਲਣਾ ਚਾਹੀਦੀ ਲਾਲਚ ਦੀ ਮਾਰੀ ਨੇ ਪਾਇਆ ਕਿ ਸੂਟ ਨੀ ਮੈਂ ਤਾਂ ਹੀ ਕਰਕੇ ਚੈਲੰਜ ਕੀਤਾ ਮਾਸੀ ਨਾਲ ਵੀ ਲੜਕੇ ਤੇਰੀ ਸੱਸ ਨਾਲ ਵੀ ਲੜਕੇ ਨਹੀਂ ਤੇਰੀ ਸੱਸ ਨਾਲ ਲੜਕੇ ਆਈ ਮੈਂ ਚਿੱਟੀ ਚੁੰਨੀ ਲੈ ਕੇ ਖਲੋਤੀ ਉੱਥੇ ਮੈਂ ਤੈਨੂੰ ਆਇਆ ਇੱਧਰ ਉਸੇ ਮੁੜ ਗਿਆ ਨੀ ਮਾਸੀ ਚੁੰਨੀ ਕਿੱਧਰ ਲਾਈ ਚਿੱਟੀ ਲਈ ਚੁਣੀ ਚਿੱਟੀ ਕਿੱਧਰ ਲਈ ਉਹਨੇ ਫੇਰ ਨਾਲ ਤੁਰ ਪੈਣਾ ਉਹਨੂੰ ਕੋਈ ਪਰਵਾਹ ਨੀ ਬਾਏ ਚਲੋ ਆਪਾਂ ਖੇਡੋ ਤੁਸੀਂ ਨੀ ਅਗਰ ਨਵਾ ਨਹਾਉਂਦਾ ਨਹਾਉਣ ਲੱਗਾ ਲਾਉਂਦਾ ਘੜੀ ਕਿ ਨਹੀਂ ਲਾਉਂਦਾ ਪਾਣੀ ਪਾ ਲਿਆ
ਸਾਡੇ ਹੁਣ ਕਾਫੀ ਹਨੇਰਾ ਹੋ ਚੁੱਕਿਆ ਤੇ ਬਾਹਰ ਮੀਂਹ ਪੈਣ ਕਰਕੇ ਜਿਹੜੇ ਮਿਸਤਰੀ ਵਿਚਾਰੇ ਵੇਟ ਕਰਦੇ ਮੀਂਹ ਸਾਡੇ ਫਿਰ ਜਾਣਗੇ ਪਰ ਸਾਡੀ ਲਾਈਟ ਦੇ ਕੰਮ ਖਰਾਬ ਕੀਤਾ ਉਹਨਾਂ ਨੇ ਟਾਇਲ ਸਾਰੀ ਜਿਹੜੀ ਅੱਜ ਲੱਗ ਜਾਣੀ ਇੱਧਰ ਮੈਂ ਲੋਬੀ ਚ ਜਿਹੜੀ ਸੀ ਸਾਡੀ ਲੱਗ ਜਾਣੀ ਪਰ ਉਹਦੇ ਕਰਕੇ ਹੁਣ ਅਸੀਂ ਸਟਰੋਂਗ ਜੀ ਬਣਾ ਕੇ ਕਾਫੀ ਪੀਣ ਲੱਗੇ ਹਾਂ ਕਿਉਂਕਿ ਚਾਹ ਦੀ ਮੈਨੂੰ ਜ਼ਿਆਦਾ ਜਿੱਦਾਂ ਅਮਲੀਆਂ ਦਾ ਨਸ਼ਾ ਟੁੱਟ ਜਾਂਦਾ ਮੇਰਾ ਚਾਹ ਦਾ ਨਸ਼ਾ ਟੁੱਟ ਜਾਂਦਾ ਪਰ ਮੈਂ ਚਾਹ ਨਹੀਂ ਪੀਣੀ ਕਾਫੀ ਪੀਣ ਲੱਗੀ ਹੋਈ ਹੈ ਸਾਰੇ ਟਾਇਲ ਜਿਹੜੀ ਤੁਸੀਂ ਦੇਖ ਲੈਂਦੇ ਸਾਰੀ ਕੰਪਲੀਟ ਹੋ ਜਾਣੀ ਪਰ ਨਹੀਂ ਹੋਈ ਕਿਉਂਕਿ ਉਹ ਲਾਈਟ ਨਹੀਂ ਆਉਂਦੀ ਅਤੇ ਵਿਚਾਰਿਆਂ ਦਾ ਕੰਮ ਰੁਕ ਗਿਆ ਅਤੇ ਹੁਣ ਸਵੇਰੇ ਉਹ ਰੂਮ 'ਚ ਲੱਗੂਗੀ ਅਤੇ ਇੱਕ ਵਾਸ਼ਰੂਮ 'ਚ ਲੱਗੂਗੀ ਪਰਲੇ ਸਾਈਡ ਵਾਲੇ ਵਾਸ਼ਰੂਮ 'ਚ ਇੱਧਰ ਮੰਮੀ ਆ ਰੂਮ 'ਚ ਲੱਗੂਗੀ ਫਿਰ ਥੋੜ੍ਹਾ ਜਿਹਾ ਕੰਮ ਜਿਹੜਾ ਹੈ ਉਹ ਖਤਮ ਹੋਊਗਾ ਅਜੇ ਕਿੰਨੇ ਚਿਰ ਤੱਕ ਇੱਦਾਂ ਹੀ ਰਹਿਣਾ ਕਿਸੇ ਜੀਕ ਵਾਲਾ ਮੈਂ ਆ